ਅਸਲਾਮ ਅਲੈਕਮ ਜੀ ਮੈਂ ਹਾਂ ਤੁਹਾਡਾ ਆਰਿਫ ਲੋਹਾਰ ਅੱਜ 21 ਫਰਵਰੀ ਨੂੰ ਮਾਂ ਬੋਲੀ ਦਾ ਦਿਨ ਮਨਾਇਆ ਜਾ ਰਿਹਾ ਹੈ ਜੇ ਕਿ ਮਾਂ ਬੋਲੀ ਦੇ ਨਜ਼ਦੀਕ ਹੋਵਾਂਗੇ ਤੇ ਫਿਰ ਕਿਤੇ ਜਾ ਕੇ ਸੀ ਮਾਂ ਦੇ ਨੇੜੇ ਹੋਵਾਂਗੇ ਐਸਾ ਦਿਨ ਹਮੇਸ਼ਾ ਸਾਡੇ ਆਸਤੇ ਸਾਡੇ ਦਿਲਾਂ ਤੇ ਉਹ ਛਾਪ ਛੋੜਦਾ ਹੈ ਜਦੋਂ ਅਸੀਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਨੇ ਆ ਮਾਂ ਬੋਲੀ ਤੇ ਪੰਡਿਆਂ ਨੂੰ ਵੀ ਪਸੰਦ ਏ ਮਾਂ ਬੋਲੀ ਤੇ ਪਰਿੰਦਿਆਂ ਨੂੰ ਵੀ ਪਸੰਦ ਹੈ ਉਹ ਵੀ ਪਿਆਰ ਕਰਦੇ ਨੇ ਇੱਕ ਦੂਸਰੇ ਨਾਲ ਮਾਂ ਬੋਲੀ ਨਾਲ ਜੁੜਨ ਵਾਲੇ ਲੋਕ ਕਦੀ ਕਿਸੇ ਮੈਦਾਨ ਚ ਹਾਰ ਨਹੀਂ ਮੰਨਦੇ ਮਾਂ ਬੋਲੀ ਨਾਲ ਜੁੜੇ ਹੋਏ ਲੋਕ ਕਦੀ ਕਿਸੇ ਮੈਦਾਨ ਵਿੱਚ ਹਾਰਦੇ ਨਹੀਂ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਆਪਣੀ ਮਾਂ ਬੋਲੀ ਵਾਸਤੇ ਬੋਲੀਏ ਤਾਂ ਕਿ ਮਾਂ ਬੋਲੀ ਸਾਡੇ ਚ ਬੋਲਦੀ ਰਹੇ ਪਾਕਿਸਤਾਨ ਜ਼ਿੰਦਾਬਾਦ